ਇਹ ਇੱਥੇ ਦਰਿਆ ਮੂਸਾ ਸਪਾਲ ਅਤੇ ਤਿੰਨੇ ਮੁੰਡੇ ਨਹਾ ਰਹੇ ਸੀਗੇ। ਪਹਿਲਾਂ ਇਹ ਮੇਲਾ ਵੇਖਣ ਆਏ ਸੀ ਇੱਥੇ ਸੰਨੀ ਵੇਲੇ, ਸੰਨਾ ਬਾਬੇ ਦੀ ਜਗ੍ਹਾ, ਉੱਥੇ ਮੇਲਾ ਵੇਖਣ ਆਏ। ਬਾਅਦ 'ਚ ਇੱਥੇ ਨਹਾਉਣ ਲੱਗ ਪਏ ਸਪਰ 'ਤੇ ਦਰਿਆ ਮੂਸਾ। ਇੱਥੇ ਬੇੜਾ ਵੀ ਚੱਲਦਾ। ਜਦੋਂ ਇਹ ਤਿੰਨੇ ਮੁੰਡੇ ਡੁੱਬਣ ਲੱਗੇ ਅਤੇ ਦੋਵਾਂ ਮੁੰਡਿਆਂ ਨੂੰ ਜਿਹੜੇ ਬੇੜਾ ਚਲਾਉਂਦੇ ਆ ਤਾਰੂ ਮੁੰਡੇ, ਉਹਨਾਂ ਨੇ ਆਪਣੀ ਪਿੰਡ ਦੇ ਹੋਰ ਜਵਾਨਾਂ ਦੀ ਹੈਲਪ ਨਾਲ ਬਾਹਰ ਕੱਢ ਲਿਆ। ਇਹ ਤੀਸਰਾ ਜਿਹੜਾ ਇਹ ਅਜੇ ਤੱਕ ਨਹੀਂ ਲੱਭਾ, ਇਹਦੀ ਬਹੁਤ ਭਾਲ ਕੀਤੀ ਉਹਨਾਂ ਨੇ। ਇਹਦੇ ਲਈ ਹੁਣ ਇਹਨਾਂ ਨੂੰ ਲੱਭਣ ਲਈ ਗੋਤਾਖੋਰ ਮੰਗਾਏ ਨੇ, ਜਿਹੜੇ ਅਜੇ ਤੱਕ ਇਹਦੀ ਭਾਲ ਕਰ ਰਹੇ ਆ, ਪਰ ਅਜੇ ਤੱਕ ਇਹ ਲੱਭਾ ਨਹੀਂ ਗਾ। ਇਹਦਾ ਨਾਂ ਸੁਖਨਪ੍ਰੀਤ ਸਿੰਘ, ਸਨ ਆਫ ਕੁਲਦੀਪ ਸਿੰਘ, ਵਾਸੀ ਥੋਬਾ। ਕੀ ਬਾਈ ਅਜੇ ਤੱਕ ਭਾਲ ਕਰ ਰਹੇ ਹਾਂ, ਪਰ ਲੱਭਾ ਨਹੀਂ ਗਾ। ਕੋਈ ਕੀ ਨਾਂ ਤੁਹਾਡਾ? ਮੇਰਾ ਨਾਂ ਕੁਲਦੀਪ ਸਿੰਘ। ਕੀ ਗੱਲ ਹੋਈ ਜੀ? ਕੀ ਮੁੰਡੇ ਦਾ ਨਾਂ ਕੀ? ਇਹ ਸੁਖਨਪ੍ਰੀਤ ਨਾਂ ਆ ਮੁੰਡੇ ਦਾ। ਕੀ ਗੱਲ ਹੋਈ ਜੀ? ਇਹ ਗੱਲ ਆ ਜੀ, ਉੱਥੇ ਮੱਥਾ ਟੇਕ ਕੇ ਆਏ ਆ, ਆਉਂਦਾ ਜਦੋਂ ਇਹਨਾਂ ਮੇਲਾ ਵੇਖਿਆ ਕਿਤੇ ਨਹਾਉਣ ਨੂੰ ਲਾਪੇ, ਇਹ ਜਦੋਂ ਠਾਂ ਡੁੱਬ ਗਿਆ, ਇਸ ਥੋੜ੍ਹੇ ਜਿਹੇ ਸਰੀਰ ਭਾਰੇ ਦਾ ਸੀ, ਨਾਲ ਇਹਦੇ ਦੋ ਮੁੰਡੇ ਸੀ ਜਦੋਂ ਮੈਨੂੰ ਪਤਾ ਲੱਗਾ, ਉਹ ਡੇ ਸੀ, ਮਤਲਬ ਕਿ ਉਹਨੂੰ ਥੋੜ੍ਹਾ ਜਿਹਾ ਤਾਂ ਕਰਦਾ, ਇਹਦਾ ਸਰੀਰ ਭਾਰਾ ਸੀ, ਉਹਨਾਂ ਦੇ ਵੀ ਕਿਤੇ ਪਾਣੀ ਪੂਣੀ ਪੈ ਗਿਆ, ਉਹ ਥੋੜ੍ਹੇ ਹਸਪਤਾਲ ਤੱਕ ਮਤਲਬ ਉਹਨਾਂ ਨੂੰ ਕਰਾਤਾ ਅਤੇ ਇਹ ਮਤਲਬ ਵੀ ਉੱਥੇ ਇਹਨੂੰ ਫਿਰ ਦੂਜਿਆਂ ਮੁੰਡਿਆਂ ਨੇ ਭੱਜ ਕੇ ਜਿਉਂ ਫੜਿਆ, ਉੱਥੇ ਅਸੀਂ ਥਾਂ ਨੀਵਾਂ ਅਤੇ ਇਹ ਮਤਲਬ ਵੀ ਥਾਂ ਉੱਥੇ ਡੁੱਬ ਗਿਆ ਗਾ ਸਾਨੂੰ, ਮੁੜ ਕੇ ਉਸੇ ਵੇਲੇ ਪੁਲਿਸ ਵੀ ਆਈ, ਹੁਣ ਟੋਭੇ ਗਏ ਆ ਅਤੇ ਆਹ ਗੱਲ ਦਰੀਏ ਮੇਲਾ ਹੈ ਕਿਤੇ ਕੋਈ ਜਗ੍ਹਾ ਹੈ? ਹਾਂਜੀ ਜਗ੍ਹਾ ਤੇ ਮੇਲਾ। ਹਾਂਜੀ ਹਾਂਜੀ ਜਗ੍ਹਾ ਤੇ ਮੇਲਾ ਹਰ ਸਾਲ ਮਨਾਇਆ ਜਾਂਦਾ। ਦਰਿਆ ਚ ਨਹਾਉਣ ਵਾਸਤੇ ਗਏ? ਨਹੀਂ ਟੇਕਣ ਮੱਥਾ ਗਏ। ਅੱਛਾ ਜੀ। ਟੇਕਣ ਮੱਥਾ ਗਏ ਤੇ ਮਤਲਬ ਵੀ ਉੱਥੋਂ ਆਉਂਦਿਆਂ ਨਹਾਉਣ ਲੱਗ ਪਏ ਤਿੰਨੇ ਮੁੰਡੇ, ਨਹਾਉਣ ਜਦੋਂ ਲੱਗ ਪਏ ਤੇ ਇਹਦਾ ਸਰੀਰ ਭਾਰਾ ਤਾਂ ਦੂਜਿਆਂ ਨੂੰ ਤਾਂ ਤੂੰ ਕਰਦਾ ਰਿਹਾ ਨਾ ਜਦੋਂ, ਤੇ ਉਹ ਮਤਲਬ ਠਾਂ ਇਹ ਮਤਲਬ ਠਾਂ ਡੁੱਬ ਗਿਆ, ਇਹਨੂੰ ਤਾਂ ਚੁੱਕਦੇ ਰਹੇ ਆ ਤੇ ਇਹ ਉੱਥੇ ਪਤਾ ਨਹੀਂ ਜਦੋਂ ਇਹਦਾ ਪੈਰ ਪੂਰ ਤਿਲਕ ਗਿਆ, ਇਹ ਥੱਲੇ ਠਾਂ ਠਾਂ ਚੱਲ ਗਿਆ। ਮੈਰਿਜ ਹੋਈ? ਨਾ ਮੈਰਿਜ ਨਹੀਂ ਹੋਈ। ਇਹ ਹੁਣ ਮਤਲਬ ਵੀ ਆ ਦੂਜਾ ਹੈਗਾ ਸਾਰਾ 19 ਸਾਲਾਂ ਦਾ, ਹੁਣ ਸਾਲ ਡੇਢ ਸਾਲ ਮਲੇਸ਼ੀਆ ਲਾ ਕੇ ਆ, ਫਿਰ ਹੁਣ ਕਾਗਜ਼ ਬਣਾ ਕੇ ਤੇ ਦੁਬਾਰਾ ਭੱਜਾ ਫਿਰ।